ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ। ਗੋਲੀਆਂ ਵਾਲੇ ਕੋਈ ਦਾਰੂ ਵਾਲੇ ਗੀਤ ਸਾਨੂੰ ਨੱਚਣ ਲਈ ਨਹੀਂ ਚਾਹੀਦੇ। ਜਿਹਨਾਂ ਦਾ ਬਾਈ ਤੁਸੀਂ ਨਾਂ ਲਿਆ ਲੱਖਾ, ਰੁਪਿੰਦਰ ਜਲਾਲ ਤੇ ਬਾਈ, ਹੈ ਨਾ ਕਮਰ, ਤੁਸੀਂ ਜਿਵੇਂ ਹੁੰਦਾ ਨੀ ਕਈ ਵਾਰੀ ਬੰਦਾ ਬੇਬਸ ਹੁੰਦਾ ਪਰ ਉਹਦੇ ਅੰਦਰ ਅੱਗ ਲੱਗੀ ਹੁੰਦੀ ਆ। ਮੈਰਿਜ 2022 ਹੋਣ ਲੱਗ ਗਈ, ਤੁਸੀਂ ਆ ਜਾਓ ਪਾਰਟੀ 'ਚ, ਤੁਸੀਂ ਆ ਜਾਓ, ਤੁਸੀਂ ਆ ਜਾਓ, ਤੁਸੀਂ ਆ ਜਾਓ, ਇਸ ਚੀਜ਼ ਦੀ ਖਿੱਚੋ ਖਿੱਚ ਚੱਲ ਰਹੀ ਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬਾਗੀ ਸੂਰੀ। ਅਤੇ ਬਾਈ ਪਿਛਲੇ ਇੱਕ ਸਾਲ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀ, 19 ਨਵੰਬਰ ਨੂੰ ਜਿੱਤ ਮਿਲੀ ਹੈ ਪੰਜਾਬ ਦੇ ਲੋਕਾਂ ਨੂੰ, ਜਿਹੜੇ ਜੂਝਦੇ ਲੋਕ ਸੀ, ਲੜਦੇ ਲੋਕ ਸੀ, ਅਤੇ ਉਸ ਜਿੱਤ ਦੇ ਬਹੁਤ ਸਾਰੇ ਹੀਰੋ ਹੋਏ ਨੇ, ਜਥੇਬੰਦੀਆਂ ਵੀ ਨੇ ਅਤੇ ਨੋਨ ਪੋਲੀਟੀਕਲ ਬੰਦੇ ਵੀ, ਜਿਨ੍ਹਾਂ ਦਾ ਪੋਲੀਟੀਕਲ ਬੈਕਗਰਾਊਂਡ ਵੀ ਉਹ ਵੀ ਬਹੁਤ ਜਿਹੜੇ ਆ ਲੋਕਾਂ ਦੇ ਨਾਲ ਨਾਲ ਉਹ ਵੀ ਹੀਰੋਇਜ਼ਮ ਦੇ ਵਿੱਚ ਗਿਣੇ ਗਏ ਆ। ਅਤੇ ਅੱਜ ਸਾਡੇ ਨਾਲ ਇੱਦਾਂ ਦੀ ਸ਼ਖਸੀਅਤ ਨੇ ਜਿਹੜੇ ਉਹਨਾਂ ਮੇਰੇ ਖਿਆਲ 'ਚ ਟੌਪ 5 ਦੇ ਵਿੱਚ ਆਉਂਦੇ ਆ, ਜਿਹੜੇ ਜਿਨ੍ਹਾਂ ਦਾ ਕਿਸਾਨੀ ਅੰਦੋਲਨ ਨੂੰ ਜਿੱਤਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ। ਬਾਈ ਹਰਪ੍ਰੀਤ ਮੋਰੀ ਬਾਈ, ਸਤਿ ਸ਼੍ਰੀ ਅਕਾਲ। ਅਤੇ ਬਾਈ, ਜਦੋਂ ਸਭ ਤੋਂ ਪਹਿਲਾ ਸਵਾਲ ਜਿਹੜੇ ਮੇਰੇ ਮਨ ਦਾ ਸੀ ਕਿ ਜਦੋਂ 19 ਨਵੰਬਰ ਨੂੰ ਜਿੱਤ ਮਿਲੀ, ਤੁਹਾਨੂੰ ਪਤਾ ਲੱਗਿਆ, ਅਤੇ ਪਹਿਲਾਂ ਤਾਂ ਪਤਾ ਕਿਹੜੇ ਸੋਰਸ ਤੋਂ ਲੱਗਿਆ, ਕਿ ਸੋਸ਼ਲ ਮੀਡੀਆ ਤੋਂ ਜਾਂ ਫੋਨ ਆਇਆ ਕਿਸੇ ਦਾ ਜਾਂ ਕੋਈ ਨਿਊਜ਼ ਚੈਨਲ, ਅਤੇ ਉਦੋਂ ਤੁਹਾਡੇ ਮਨ ਦੇ ਵਿੱਚ ਜਿਹੜੇ ਵਿਚਾਰ ਕੀ ਚੱਲ ਰਹੇ ਸੀ ਕਿ, ਹੈ ਨਾ, ਉਦੋਂ ਤੁਹਾਡੀਆਂ ਨੱਚਦੇ ਦੀਆਂ ਬਾਅਦ ਦੀਆਂ ਵੀਡੀਓ ਅਸੀਂ ਵੇਖੀਆਂ, ਹੈ ਨਾ, ਖੁਸ਼ੀ ਮਨਾਉਂਦਿਆਂ ਦੀਆਂ, ਬਟ ਉਦੋਂ ਮਨ ਦੇ ਵਿੱਚ ਕੀ ਵਿਚਾਰ ਚੱਲ ਰਹੇ ਸੀ ਅਤੇ ਕਿੱਥੋਂ ਪਤਾ ਲੱਗਿਆ ਅਤੇ ਰਿਐਕਸ਼ਨ ਕੀ ਸੀ ਜਿਹੜਾ ਫਸਟ ਰਿਐਕਸ਼ਨ ਤੁਹਾਡਾ? ਮੈਂ ਬਾਈ ਯੂਰਪ ਗਿਆ ਹੋਇਆ ਸੀਗਾ ਉਦੋਂ, ਨਾ ਯੂਰਪ ਟੂਰ 'ਤੇ ਗਿਆ ਹੋਇਆ ਸੀਗਾ। ਅੱਛਾ ਜੀ। ਅਤੇ ਐਕਚੁਲੀ ਮੈਨੂੰ ਆਪਣਾ, ਮੇਰੇ ਕੋਲ ਹੀ ਸੀ ਮੇਰੀ ਵਾਈਫ ਜਾਸਮਿਨ, ਉਹ ਫੋਨ 'ਤੇ ਦੇਖੀ ਜਾਂਦੀ ਸੀ ਨਾ ਉੱਥੇ ਰਾਤ ਦੇ, ਮੈਨੂੰ ਲੱਗਦਾ ਵੀ 3:30 ਵਜੇ ਹੋਏ ਸੀਗੇ ਨਾ ਸਵੇਰ ਦੇ, ਅਤੇ ਸਵੇਰ ਦੇ 3:30 ਵਜੇ ਹੋਏ ਸੀਗੇ ਉਹ ਦੇਖੀ ਜਾਵੇ ਫੋਨ 'ਤੇ ਕਿ ਆਪਣਾ ਪ੍ਰਧਾਨ ਮੰਤਰੀ ਉਹਨਾਂ ਨੇ ਵੀ ਅਨਾਊਂਸ ਕਰਤਾ ਨਾ ਵੀ ਇੱਦਾਂ ਕਰਕੇ ਵੀ ਜਿਹੜੇ ਕਾਲੇ ਕਾਨੂੰਨ ਨੇ ਨਾ ਉਹ ਰੱਦ ਕਰ ਰਿਹਾ ਸੀ। ਮੈਂ ਵੀ ਮਤਲਬ ਕੋਈ ਇੱਦਾਂ ਨਹੀਂ ਲਿਆ, ਮੈਂ ਸੀਰੀਅਸ, ਮੈਂ ਕਿਹਾ ਯਾਰ ਵੀ ਕਿਸੇ ਨੇ ਰਿਟ ਰੁੱਟ ਕਰਤਾ ਹੋਣਾ ਜਾਂ ਕੁਛ ਵੀ, ਹੈ ਨਾ। ਅਤੇ ਉਹ ਪਰ ਜਦੋਂ ਮੈਂ ਮਤਲਬ 2-3 ਵਾਰੀ ਸੁਣਿਆ ਫਿਰ ਲਗਾਤਾਰ, ਹੈ ਨਾ, ਫਿਰ ਮੈਂ ਉੱਠਿਆ, ਫਿਰ ਮੈਂ ਦੇਖਿਆ ਆਪਦਾ ਫੋਨ, ਅਤੇ ਫੋਨ ਖੋਲ੍ਹ ਕੇ ਤਾਂ ਫੋਨ ਸਾਰਾ ਵਧਾਈਆਂ ਨਾਲ ਭਰਿਆ ਪਿਆ ਸੀਗਾ। ਅਤੇ ਮੈਂ ਕਿਹਾ ਯਾਰ ਵੀ ਇਹਦਾ ਵਾਕਈ, ਮੈਂ ਕਿਹਾ ਵੀ ਸੱਚੀ ਗੱਲ ਆ। ਮੁੜ ਕੇ ਫਿਰ ਮੈਨੂੰ ਲੱਗਦਾ ਵੀ 4 ਵਜੇ ਮੈਂ ਉੱਠ ਗਿਆ ਸੀਗਾ ਉੱਥੇ, 7-8 ਵਜੇ ਤੱਕ ਫਿਰ ਬਸ ਫੋਨਾਂ 'ਤੇ ਰਹੇ, ਮੈਨੂੰ ਤਾਂ ਕਦੇ ਰੁਪਿੰਦਰ ਦਾ ਫੋਨ ਆ ਜਾਏ, ਜਲਾਲ ਦਾ, ਲੱਖੇ ਦਾ ਆ ਗਿਆ ਬਾਈ ਦਾ, ਕਦੇ ਸੋ ਕਮਰ ਬਾਈ ਦਾ ਆ ਗਿਆ, ਅਤੇ ਅਸੀਂ ਬਸ ਫਿਰ ਮੈਨੂੰ ਲੱਗਦਾ ਸਵੇਰ 7-7:30 ਵਜੇ ਤੱਕ ਖੁਸ਼ੀ ਜੀ ਸੀਗੀ ਇੱਕ। ਅਤੇ ਜਿਹਨਾਂ ਦਾ ਬਾਈ ਤੁਸੀਂ ਨਾਂ ਲਿਆ ਲੱਖਾ, ਰੁਪਿੰਦਰ, ਜਲਾਲ ਅਤੇ ਬਾਈ, ਹੈ ਨਾ ਕਮਰ, ਤੁਸੀਂ, ਅਤੇ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਆ। ਜਿਵੇਂ ਜਥੇਬੰਦੀਆਂ ਦਾ ਆਪਣਾ ਇੱਕ ਕੇਡਰ ਹੁੰਦਾ, ਅਤੇ ਇਹਨਾਂ ਦੇ ਜਿਹੜੇ ਪ੍ਰਸ਼ੰਸਕ ਆ, ਉਹਨਾਂ ਦੇ ਆਪਦਾ ਇੱਕ ਕੇਡਰ ਆ, ਹੈ ਨਾ, ਅਤੇ ਇਹਨਾਂ ਇਹਨਾਂ ਦੇ ਅਤੇ ਸਾਰੇ ਗਾਉਣ ਵਾਲੇ ਅਤੇ ਨੋਨ ਪੋਲੀਟੀਕਲ ਬੈਕਗਰਾਊਂਡ ਵਾਲੇ ਬੰਦੇ, ਹੈ ਨਾ, ਉਹਨਾਂ ਦਾ ਅਤੇ ਕੁਛ ਪੱਤਰਕਾਰ ਜਿਹੜੇ ਪੰਜਾਬ ਪੱਖੀ ਪੱਤਰਕਾਰ ਆ, ਉਹਨਾਂ ਸਭ ਦੇ ਯੋਗਦਾਨ ਨੂੰ ਕਿਵੇਂ ਵੇਖਦੇ ਹੋ ਤੁਸੀਂ? ਨਹੀਂ, ਬਹੁਤ ਵਧੀਆ ਯੋਗਦਾਨ ਰਿਹਾ ਬਾਈ। ਮੈਨੂੰ ਲੱਗਦਾ ਵੀ ਇੱਕ ਕਿਤੇ ਨਾ ਕਿਤੇ, ਪਤਾ ਕੀ ਹੁੰਦਾ ਵੀ ਜਿਵੇਂ ਹੁੰਦਾ ਨਹੀਂ ਕਈ ਵਾਰੀ ਬੰਦਾ ਬੇਬਸ ਹੁੰਦਾ ਪਰ ਉਹਦੇ ਅੰਦਰ ਅੱਗ ਲੱਗੀ ਹੁੰਦੀ ਆ ਵੀ ਯਾਰ ਮੈਂ ਕਿਵੇਂ ਸਿਸਟਮ ਨੂੰ ਬਦਲਿਆ ਜਾਵੇ ਜਾਂ ਕਿਵੇਂ ਉਹ ਉਸ ਪੰਜਾਬ ਦੀ ਸਥਾਪਨਾ ਹੋਵੇ ਜਿਹਦੀ ਅਸੀਂ ਤਾਂਘ ਰੱਖਦੇ ਹਾਂ ਸਾਰੇ ਜਣੇ, ਹੈ ਨਾ, ਜਿਵੇਂ ਆਪਾਂ ਕਹਿੰਦੇ ਹਾਂ ਬਾਬੇ ਨਾਨਕ ਦੇ ਖਾਬਾਂ ਦਾ ਪੰਜਾਬ, ਵੀ ਉਹਦੀ ਸਥਾਪਨਾ ਹੋਵੇ ਕਿਵੇਂ। ਮੈਨੂੰ ਲੱਗਦਾ ਉਹੀ ਹੁੰਦਾ ਵੀ ਜਦੋਂ ਇੱਦਾਂ ਦੀ ਮੂਵਮੈਂਟ ਉੱਠਦੀ ਆ ਫਿਰ ਉਹ ਸਾਰੇ ਇੱਦਾਂ ਦੇ ਲੋਕਾਂ ਨੂੰ ਕਲਾ ਵਿੱਚ ਲੈ ਲੈਂਦੀ ਆ ਜਿਹੜੇ ਫਿਕਰਮੰਦ ਹੁੰਦੇ ਨੇ ਪੰਜਾਬ ਪ੍ਰਤੀ, ਚਾਹੇ ਉਹਨਾਂ ਦੇ ਵਿੱਚੋਂ ਸੁਹਿਰਦ ਪੱਤਰਕਾਰ ਸੀਗੇ, ਚਾਹੇ ਕਲਾ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਜ਼ਰੂਰੀ ਹੋ ਜਾਂਦਾ ਜਦੋਂ ਇੱਕ ਤੁਹਾਡੇ ਖਿੱਤੇ ਦੇ ਵਿੱਚ ਮੂਵਮੈਂਟ ਉੱਠਦੀ ਆ ਤਾਂ ਕਲਾ 'ਤੇ ਸਭ ਤੋਂ ਪਹਿਲਾਂ ਪ੍ਰਭਾਵ ਪੈਂਦਾ। ਉਦੋਂ ਬਾਅਦ ਹੁੰਦਾ ਵੀ ਕਲਾ ਉਹ ਪ੍ਰਭਾਵ ਕਬੂਲਦੀ ਆ ਅਤੇ ਲੋਕਾਂ ਨੂੰ ਫੀਡਬੈਕ ਦਿੰਦੀ ਆ। ਬਸ ਉਹੀ ਸੀ ਗੱਲ, ਮੈਨੂੰ ਲੱਗਦਾ ਵੀ ਹੁਣ ਵੀ ਕਈ ਵਾਰੀ ਸਵਾਲ ਪੁੱਛ ਲਿਆ ਜਾਂਦਾ ਵੀ ਯਾਰ ਤੁਸੀਂ ਰਾਜਨੀਤੀ 'ਚ ਨਹੀਂ ਆਉਣਾ ਜਾਂ ਕੁਛ ਵੀ ਇੱਦਾਂ ਦੇ ਸਵਾਲ, ਤਾਂ ਸਾਨੂੰ ਇਸ ਚੀਜ਼ ਦਾ ਜਵਾਬ ਵੀ ਅੰਦੋਲਨ ਨੇ ਹੀ ਦਿੱਤਾ। ਮੈਨੂੰ ਲੱਗਦਾ ਵੀ ਕਲਾ ਇੱਕ ਵੱਡੇ ਖਿੱਤੇ ਨੂੰ ਪ੍ਰਭਾਵਿਤ ਕਰਦੀ ਆ, ਕਿਉਂਕਿ ਜਿਹੜਾ ਅਸੀਂ ਕਹਿੰਦੇ ਹਾਂ ਵੀ ਜੋਗ੍ਰਾਫਿਕਲ ਏਰੀਆ, ਜੇ ਨਾ ਵੀ ਦੇਖੀਏ ਪੰਜਾਬ ਯੂਰਪ 'ਚ ਵੀ ਵਸਿਆ ਹੋਇਆ, ਕੈਨੇਡਾ 'ਚ ਵੀ, ਅਮੈਰੀਕਾ 'ਚ ਵੀ, ਆਸਟ੍ਰੇਲੀਆ 'ਚ ਵੀ, ਉਹ ਸਾਰੇ ਲੋਕਾਂ ਦਾ ਵੀ ਉੱਡਾ ਹੀ ਯੋਗਦਾਨ ਅੰਦੋਲਨ ਦੇ ਵਿੱਚ, ਜਿਹੜਾ ਸਾਡਾ ਸਾਰਿਆਂ ਦਾ ਨਾ, ਅਤੇ ਆਮ ਲੋਕਾਂ ਦਾ ਜਿੰਨਾ ਸਾਰਿਆਂ ਦਾ ਨਾ, ਮੈਨੂੰ ਲੱਗਦਾ ਵੀ ਸੋ ਬਹੁਤ ਵੱਡੀ ਗੱਲ ਆ ਵੀ ਉਹ ਸਾਰੇ ਲੋਕਾਂ ਨੂੰ ਹੀ ਤੱਕ ਕਲਾ ਦੀ ਪਹੁੰਚ ਹੈਗੀ ਆ। ਅਤੇ ਜੇ ਆਪਾਂ ਪੋਲੀਟੀਕਲ ਸਿਨੈਰੀਓ 'ਤੇ ਦੇਖੀਏ ਇਕੱਲੇ ਇਕੱਲੇ ਉੱਥੇ ਤੱਕ ਪਹੁੰਚ ਹੈ ਤਾਂ ਹੈ ਨਹੀਂ ਨਾ, ਉਹ ਚੱਕਰ ਆ ਵੀ ਮੈਨੂੰ ਲੱਗਦਾ ਜ਼ਹਿਨੀ ਤੌਰ 'ਤੇ ਕਲਾ ਛੇਤੀ ਅਸਰ ਕਰਦੀ ਆ। ਸੋ ਕਲਾ ਜ਼ਿਆਦਾ ਬਿਹਤਰ ਰਾਹ 'ਤੇ ਜ਼ਿਆਦਾ ਵਸੀਹ ਹੈ ਇਹਦਾ ਘੇਰਾ ਜਿਹੜਾ ਹੈ।
ਜਿਵੇਂ ਤੁਸੀਂ ਗੱਲ ਕੀਤੀ ਬਾਹਰ ਦੇ ਲੋਕਾਂ ਦੀ, ਜਿਵੇਂ ਤੁਸੀਂ ਉਦੋਂ ਜਦੋਂ ਜਿੱਤਿਆ ਅੰਦੋਲਨ ਯੂਰਪ 'ਚ ਸੀਗੇ ਅਤੇ ਐੱਨ ਆਰ ਆਈ ਜਿਹੜਾ ਇਹ ਭਰਾ ਨੇ ਉਹ ਪੰਜਾਬ ਦੀ ਪਿੱਠ 'ਤੇ ਖੜ੍ਹੇ ਆ ਇਸ ਅੰਦੋਲਨ ਦੇ ਵਿੱਚ, ਬਹੁਤ ਵੱਡਾ ਯੋਗਦਾਨ ਆ ਕਿਉਂਕਿ ਅੰਦੋਲਨ ਪਹਿਲਾਂ ਸਾਊਥ ਵਾਲੇ ਦੇ ਲੜਨ ਆਏ ਸੀ, ਉਹ ਮੂੰਹ ਦੇ ਵਿੱਚ ਚੂਹੇ ਫੜ ਕੇ ਵਾਪਸ ਚਲੇ ਗਏ ਸੀ, ਪਰ ਪੰਜਾਬ ਦੇ ਲੋਕਾਂ ਨੇ ਅੱਖਾਂ 'ਚ ਅੱਖਾਂ ਪਾ ਕੇ ਜਿੱਤਿਆ ਜਿਹੜਾ। ਬਿਲਕੁਲ। ਅਤੇ ਜਦੋਂ ਤੁਸੀਂ ਯੂਰਪ 'ਚ ਸੀਗੇ ਉੱਥੋਂ ਦੇ ਲੋਕਾਂ ਦਾ ਕੀ ਰਿਐਕਸ਼ਨ ਸੀ ਐੱਨ ਆਰ ਆਈ ਭਰਾਵਾਂ ਦਾ? ਮੈਨੂੰ ਲੱਗਦਾ ਪਹਿਲੀ ਵਾਰੀ ਬਾਈ ਇੱਦਾਂ ਦੀਆਂ ਸਟੇਜਾਂ ਲਾਈਆਂ ਨੇ ਵੀ ਅਸੀਂ ਪ੍ਰੋਗਰਾਮ 'ਤੇ ਗਾਉਣ ਜਾਣਾ ਅਤੇ ਉਸ ਪ੍ਰੋਗਰਾਮ ਦੇ ਉੱਤੇ ਮੈਨੂੰ ਲੱਗਦਾ 2-2.5 ਘੰਟੇ ਲੰਘ ਜਾਂਦੇ ਸੀ। ਮੈਨੂੰ ਪਤਾ ਲੱਗਦਾ ਸੀਗਾ ਵੀ ਯਾਰ ਅੱਛਾ ਗੀਤ ਹਰੇ ਆਪਾਂ ਕਿਸਾਨੀ ਦੀ ਗਾਈ ਜਾਂਦੇ ਸਾਰੇ, ਮਤਲਬ 2.5 ਘੰਟੇ ਬਾਅਦ ਵੀ। ਅਤੇ ਬਹੁਤ ਵਾਰੀ ਇੱਦਾਂ ਹੁੰਦਾ ਸੀਗਾ ਵੀ ਛੋਟੇ ਛੋਟੇ ਬੱਚਿਆਂ ਨੂੰ ਗੀਤ ਯਾਦ ਨੇ, ਛੋਟੇ ਛੋਟੇ ਬੱਚੇ ਨਾਅਰੇ ਲਾ ਰਹੇ ਨੇ ਪ੍ਰੋਗਰਾਮ ਦੇ ਵਿੱਚ, ਫਿਰ ਇਹ ਫੀਲ ਹੁੰਦਾ ਸੀਗਾ ਕਈ ਵਾਰੀ ਆ ਕੇ ਕੋਈ ਜਣਾ ਕਹਿ ਹੁੰਦਾ ਸੀਗਾ ਗੀਤ ਨਾਲ ਗਾਉਂਦੇ ਸੀ ਸਾਰੇ, ਅਤੇ ਫਿਰ ਉਹ ਦੁਬਾਰੇ ਆ ਕੇ ਕਹਿੰਦੇ ਉਹਨਾਂ ਨੇ ਹੁਣ ਸਾਡੇ ਗੀਤ ਯਾਦ ਹੋ ਗਿਆ ਤੁਸੀਂ ਦੁਬਾਰੇ ਲਾਓ ਇਹ ਗੀਤ ਹੈ ਨਾ। ਅਤੇ ਜ਼ਿੰਦਾਬਾਦ ਨਹੀਂ ਜਵਾਨੀ ਹੈ ਉਹਦੇ ਵਿੱਚ ਸਪੈਸ਼ਲੀ ਇੱਕ ਲਾਈਨ ਸੀਗੀ ਮਾਝੇ ਮਾਲਵੇ ਦੇ ਸਾਰੇ ਗੱਭਰੂ ਦੁਆਬੇ ਦੇ ਪੁੱਤ ਦਸ਼ਮੇਸ਼ ਦੇ ਅਤੇ ਵੀਰ ਨੇ ਸਰਾਬੇ ਦੇ, ਉਹ ਮੈਨੂੰ ਵੀ ਬਾਅਦ 'ਚ ਮੈਂ ਗਾਈ ਜਾਵਾਂ ਲੋਕ ਨੱਚੀ ਜਾਣ ਗਾਈ ਜਾਣ ਨਾਲ, ਅਤੇ ਮੈਂ ਕਿਹਾ ਵੀ ਸ਼ਾਇਦ ਤੁਹਾਨੂੰ ਵੀ ਸਾਰਿਆਂ ਨੂੰ ਮੈਂ ਕਿਹਾ ਪਤਾ ਨਹੀਂ ਹੋਣਾ ਤੁਸੀਂ ਕਿਹੜੀ ਲਾਈਨ 'ਤੇ ਨੱਚ ਰਹੇ ਹੋ, ਮੈਂ ਕਿਹਾ ਪਰ ਇਸ ਚੀਜ਼ ਨੇ ਇਹ ਸਿੱਧ ਕਰਤਾ ਵੀ ਕੋਈ ਗੋਲੀਆਂ ਵਾਲੇ ਕੋਈ ਦਾਰੂ ਵਾਲੇ ਗੀਤ ਸਾਨੂੰ ਨੱਚਣ ਲਈ ਨਹੀਂ ਚਾਹੀਦੇ, ਵੀ ਅਸੀਂ ਇੱਦਾਂ ਦੇ ਸਾਰਥਕ ਗੀਤਾਂ ਦੇ ਵੀ ਇੱਥੋਂ ਤੱਕ ਅਸੀਂ ਉਹ ਗੀਤ ਗਾਈ ਜਾਈਏ ਪੇਚਾ ਪੈ ਗਿਆ ਸੈਂਟਰ ਨਾਲ, ਉਹਦੀ ਉਹਦੀ ਜਿਹੜੀ ਆਖਰੀ ਅੰਤਰ ਉਹਦਾ ਸ਼ੁਰੂ ਹੁੰਦਾ ਉਹਦੇ ਵਿੱਚ ਸੀਗਾ ਵੀ ਅਕਲਾਂ ਵਾਲੇ ਚੱਕ ਲਓ ਕਲਮਾਂ ਮਾਰ ਲੈਣ ਨਾ ਰੱਖ ਲਾ ਸਾਨੂੰ ਅੱਜ ਹਾਰ ਕੇ ਕੀ ਕਹਿਣਗੇ ਆਉਣ ਵਾਲੀਆਂ ਨਾਲ, ਉਹਦੇ ਵੀ ਨੱਚੀ ਜਾਣ ਲਓ। ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਇਹ ਹੈਲਦੀ ਐਂਟਰਟੇਨਮੈਂਟ ਵੀ ਹੋ ਸਕਦਾ ਇਹ ਅੰਦੋਲਨ ਨੇ ਦੱਸਿਆ ਸਾਨੂੰ। ਪੇਚਾ ਪੈ ਗਿਆ ਸੈਂਟਰ ਦੀ ਨਾਲ ਇਹਦੀ ਗੀਤ ਦੀ ਗੱਲ ਕੀਤੀ ਹੈ, ਅਤੇ ਜਦੋਂ 26 ਨਵੰਬਰ ਨੂੰ ਆਪਾਂ ਪਹਿਲਾ ਪੜਾਅ ਪਾਰ ਕੀਤਾ ਉਦੋਂ ਇੱਕ ਤਾਂ ਨਵਦੀਪ ਨੇ ਜਦੋਂ ਕੈਂਟਰ ਤੋਂ ਛਾਲ ਮਾਰੀ, ਇੱਕ ਤਾਂ ਉਹਨੇ ਬਹੁਤ ਬੜਾ ਮੋਮੈਂਟਮ ਜਿਹੜਾ ਗੇਨ ਕੀਤਾ, ਅਤੇ ਦੂਜਾ ਬਾਈ ਹੈ ਨਾ ਮੈਨੂੰ ਪਰਸਨਲੀ ਲੱਗਦਾ ਕਿ ਤੁਹਾਡਾ ਗੀਤ ਜਦੋਂ ਸ਼ੁਰੂ ਹੁੰਦਾ ਹੈ ਨਾ ਵੀ ਦੇਹ ਸਿਸਟਮ ਦੇ ਹਲਕ 'ਚ ਪਾਉਣਾ ਹੈ ਨਾ, ਜਦੋਂ ਇਹ ਸਿਸਟਮ ਦੇ ਅਗੇਂਸਟ ਤੁਸੀਂ ਆਵਾਜ਼ ਚੱਕਦੇ ਹੋ, ਅਤੇ ਉਹ ਗੀਤ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਯੂਥ ਨੂੰ, ਮੋਟੀਵੇਟ ਕੀਤਾ, ਅਤੇ ਜਿਹੜਾ ਰਹੀਆਂ ਜਾਂ ਘਰੇ ਮਾਤੜ ਵਰਗੇ ਬੈਠੇ ਸੀ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਉੱਥੇ ਪਹੁੰਚੋ ਹੈ ਨਾ, ਅਤੇ ਉਹ ਗੀਤ ਦਾ ਫੀਡਬੈਕ ਉਹ ਗੀਤ ਤੋਂ ਬਾਅਦ ਲੋਕਾਂ ਦਾ ਤੁਹਾਡੇ ਪ੍ਰਤੀ ਨਜ਼ਰੀਆ ਬਹੁਤ ਜ਼ਿਆਦਾ ਬਦਲਿਆ। ਬਿਲਕੁਲ ਬਾਈ, ਮੈਨੂੰ ਲੱਗਦਾ ਵੀ ਇਸ ਭਾਗ ਹੀ ਮੰਨਦੇ ਹਾਂ, ਕਿਉਂਕਿ ਮੈਨੂੰ ਲੱਗਦਾ ਵੀ ਜਿੰਨਾ ਬੰਦੇ ਦੇ ਅੰਦਰ ਖਿਲਾਰਾ ਪਿਆ ਹੋਇਆ ਉਹਦੇ ਵਿੱਚ ਮੈਂ ਵੀ ਆਉਣਾ, ਕਿਉਂਕਿ ਮੈਂ ਵੀ ਦੁਨੀਆਦਾਰੀ 'ਚ ਵਿਚਰਦਾ ਨਾ, ਅਤੇ ਮੈਨੂੰ ਲੱਗਦਾ ਵੀ ਆ ਇੱਕ ਬੰਦੇ ਦੇ ਵੱਸ ਇੰਨਾ ਹੁੰਦਾ ਹੀ ਨਹੀਂ, ਕਿਉਂਕਿ ਸਾਰੀ ਅੱਧੇ ਤੋਂ ਜ਼ਿਆਦਾ ਪੰਜਾਬ ਲਿਖਦਾ ਗਾਉਂਦਾ, ਆਪਾਂ ਸਾਰੇ ਲਿਖਦੇ ਗਾਉਂਦੇ ਹਾਂ, ਮੈਨੂੰ ਲੱਗਦਾ ਵੀ ਮਾਲਕ ਨੇ ਕੋਈ ਸੇਵਾ ਲਈ ਆ ਵੀ ਕੜੀ ਦਰ ਕੜੀ ਪੜਾ ਦਰ ਪੜਾ ਗੀਤ ਆਉਂਦੇ ਗਏ। ਚਾਹੇ ਅਸੀਂ ਪਹਿਲਾਂ ਗੀਤ ਦੀ ਸ਼ੁਰੂ 'ਤੇ ਗੱਲ ਕਰੀਏ, ਜਿਵੇਂ ਪਹਿਲਾਂ ਮੈਂ ਗੀਤ ਵੈਸੇ ਕੱਢਿਆ ਇਕੱਲੇ ਨੇ ਨਾ, ਤੇਰਾ ਵਾਹ ਪਿਆ ਕਿਹਦੇ ਨਾਲ ਤੈਨੂੰ ਦੱਸਾਂਗੇ ਸਰਕਾਰੀ ਨੇ, ਮੁੜ ਕੇ ਅਸੀਂ ਇਕੱਠੇ ਹੋ ਗਏ ਜਦੋਂ ਮੇਰੇ 'ਤੇ ਕਮਰ ਬਾਈ, ਉਦੋਂ ਕਮਰ ਬਾਈ ਦਾ ਗੀਤ ਆ ਗਿਆ ਸੀਗਾ ਫਸਲਾਂ ਦੇ ਫੈਸਲੇ ਕਿਸਾਨ ਕਰੂਗਾ ਤੈਨੂੰ ਦਿੱਲੀ ਇਕੱਠ ਪ੍ਰਚਾਰ ਕਰੂਗਾ, ਫਿਰ ਇਕੱਠਾ ਗੀਤ ਆਇਆ ਪੇਚਾ ਪੈ ਗਿਆ ਸੈਂਟਰ ਨਾਲ, ਉਦੋਂ ਬਾਅਦ ਫਿਰ ਜਦੋਂ ਜਵਾਨੀ ਨੂੰ ਇਸ ਰੂਪ 'ਚ ਦੇਖਿਆ ਕੁੱਦਦੇ ਹੋਏ ਉਸ ਅੰਦੋਲਨ ਦੇ ਵਿੱਚ, ਫਿਰ ਉਹ ਗੀਤ ਬਣਿਆ ਸੀ ਜ਼ਿੰਦਾਬਾਦ ਨਹੀਂ ਜਵਾਨੀ ਮਾਣ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ। ਫਿਰ ਇੱਕ ਵੇਲਾ ਆ ਗਿਆ ਸੀਗਾ ਜਦੋਂ ਆਹੀ ਦਿਨ ਸੀਗੇ ਅੰਦੋਲਨ ਸਿਖਰਾਂ 'ਤੇ ਸੀ ਜਦੋਂ, ਅਤੇ ਉਦੋਂ ਮੀਂਹ ਵੀ ਆਉਂਦਾ ਸੀਗਾ, ਐਂ ਲੱਗਦਾ ਸੀਗਾ ਵੀ ਯਾਰ ਉਹੀ ਸਾਡਾ ਇਤਿਹਾਸ ਸਾਨੂੰ ਦੁਬਾਰੇ ਜਿਹੜੇ ਅਸੀਂ ਅਵੇਸਲੇ ਹੋ ਗਏ ਹਾਂ ਸਾਨੂੰ ਮੈਨੂੰ ਲੱਗਦਾ ਵੀ ਦੁਬਾਰੇ ਥੱਪੜ ਮਾਰ ਰਹੇ ਸਾਡੇ ਵੀ, ਨਹੀਂ ਤੁਸੀਂ ਕਿਹਦੇ ਵਾਰਸ ਹੋ ਤੁਹਾਨੂੰ ਦੱਸੀ ਨਾ। ਉਦੋਂ ਮੈਨੂੰ ਲੱਗਦਾ ਵੀ ਟੈਂਟਾਂ ਦੇ ਵਿੱਚ ਪਾਣੀ ਆ ਜਾਣਾ ਤਾਂ ਵੀ ਚੜ੍ਹਦੀ ਕਲਾ 'ਚ ਸਾਡੀਆਂ ਬੀਬੀਆਂ ਵੀ ਬਜ਼ੁਰਗ ਵੀ, ਫਿਰ ਉਦੋਂ ਗੀਤ ਸੀਗਾ ਜਿਹੜਾ ਉਸੇ ਹੀ ਰਾਹ ਦੇ ਤੁਰ ਪਏ ਤੇਗ ਬਹਾਦਰ ਦੇ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਦੇ ਪਾਤਸ਼ਾਹ। ਜਨਵਰੀ 'ਚ ਮੈਨੂੰ ਲੱਗਦਾ ਇੱਕ ਡਿਊਟ ਸੌਂਗ ਆਇਆ ਸੀਗਾ ਉਹ ਵੀ ਇਹੀ ਸੀਗਾ ਵੀ ਮੈਂ ਲੈ ਜੂ ਨਾਲ ਜਵਾਕਾਂ ਨੂੰ, ਜਿਹਦੇ ਵਿੱਚ ਇੱਕ ਬੀਬੀ ਕਹਿੰਦੀ ਹੈ ਨਾ, ਉਹ ਵੀ ਇੱਕ ਮੈਨੂੰ ਉੱਥੋਂ ਹੀ ਸਾਡੀਆਂ ਖੇਤੀਕਾਰੀ ਬੀਬੀਆਂ, ਉਹਨਾਂ ਨੇ ਕਿਹਾ ਕਹਿੰਦੇ ਵੀ ਉੱਥੋਂ ਕੋਈ ਦੁਕਾਨਾ ਵੀ ਇਹੋ ਜਿਹਾ ਬਣਾਓ ਵੀ ਜਿਹਦੇ ਵਿੱਚ ਦੋਵਾਂ ਦੇ ਜਾਣ ਦੀ ਗੱਲ ਹੋਵੇ ਅੰਦੋਲਨ ਦੇ ਵਿੱਚ, ਵੀ ਉਹ ਵੀ ਪ੍ਰੇਰੂਗਾ ਲੋਕਾਂ ਨੂੰ ਹੈ ਨਾ। ਅਤੇ ਇੱਦਾਂ ਹੀ ਬਾਈ ਫਿਰ ਮੈਨੂੰ ਲੱਗਦਾ ਪੁੱਤ ਨਾਲ ਖੜਾ ਹੈ ਤੇਰਾ ਬਾਪੂ ਫਿਕਰ ਕਰੀ ਨਾ, ਫਿਰ ਬਾਬਾ ਨਾਨਕ ਮਿਹਰ ਕਰੂਗਾ ਡਟਿਆ ਰਹਿ ਤੂੰ ਜੱਟਾ, ਸਾਰੇ ਗੀਤ ਉਹੀ ਮੈਨੂੰ ਲੱਗਦਾ ਕੜੀ ਦਰ ਕੜੀ ਆਉਂਦੇ ਰਹੇ, ਕਿਵੇਂ ਲੀਡਰ ਕੋਈ ਮੋੜ ਦਿਓ ਸਾਡੀ ਜ਼ਿੰਦਗੀ ਲਾਂਘੀ ਧਰਨੇ 'ਤੇ। ਉਦੋਂ ਵੋਟਾਂ ਦਾ ਕੰਮ ਸ਼ੁਰੂ ਹੋਇਆ ਸੀ ਪੰਜਾਬ 'ਚ, ਉਦੋਂ ਵੈਸੇ ਹੀ ਮੇਰੇ ਅੰਦਰੋਂ ਇੱਕ ਗੱਲ ਜੀ ਨਿਕਲੀ, ਮੈਂ ਕਿਹਾ ਵੀ ਯਾਰ ਵੀ ਵਾਕਈ ਵੀ ਜਿਨ੍ਹਾਂ ਦੀਆਂ ਜ਼ਿੰਦਗੀਆਂ ਧਰਨਿਆਂ 'ਤੇ ਲਾਂਘੀਆਂ ਅਤੇ ਉਹਨਾਂ ਦੀ ਜ਼ਿੰਦਗੀ ਕੋਈ ਲੀਡਰ ਨਹੀਂ ਮੋੜ ਸਕਦਾ, ਗੱਲਾਂ ਜਿੰਨੀਆਂ ਮਰਜ਼ੀ ਕਰੀ ਜਾਣ, ਅਸਲ ਹੁਣ ਵੀ 700 ਦੇ ਉੱਤੇ ਸ਼ਹੀਦ ਜੇ ਹੋਏ ਨੇ ਸਾਡੇ ਹੋਏ ਨੇ, ਕਿਸੇ ਲੀਡਰ ਦਾ ਤਾਂ ਹੋਇਆ ਨਹੀਂ ਕੋਈ। ਐਂ ਸੀ ਬਸ ਉਹ ਬਾਈ ਕੜੀ ਦਰ ਕੜੀ ਗੀਤ ਆਉਂਦੇ ਗਏ ਅਤੇ ਲੋਕ ਕਬੂਲ ਕਰਦੇ ਗਏ ਅਤੇ ਬਸ ਐਂ ਸੀਗਾ। ਹੁਣ ਆਖਰੀ ਗੀਤ ਜਿਹੜਾ ਕੀਤਾ ਸੀ ਇਹ ਵੀ ਅਸੀਂ ਪਹਿਲਾਂ ਰਿਲੀਜ਼ ਕਰਨ ਲੱਗੇ ਸੀਗੇ ਜਦੋਂ ਮੁੜਾਂਗੇ ਪੰਜਾਬ ਨੂੰ, ਇਕੱਲੀ ਇਕੱਲੀ ਗੱਲ ਇਹ ਯਾਦ ਰੱਖਿਓ, ਪਰ ਮੈਨੂੰ ਲੱਗਦਾ ਵੀ ਇਹਦੇ ਵੀ ਅਸਲ ਮਾਇਨੇ ਇੱਥੇ ਹੀ ਨਿਕਲਣੇ ਸੀਗੇ ਜਿੱਥੇ ਗਾਣਾ ਆਇਆ ਹੈ ਨਾ। ਸੋ ਐਂ ਜੀ ਹੁੰਦਾ ਮਤਲਬ ਸਾਰਾ ਕੁਝ, ਇੱਕ ਹੋਰ ਗੀਤ ਆਉਣਾ ਥੋੜ੍ਹੇ ਦਿਨਾਂ 'ਚ,
उच्च अंदोलन लैके भी गल्लां बातां ने अंदोलन तो बाद जिहड़ियां लड़ाइयां सानूं उड़ीक रहियां ने उस चीज़ का जिक्र भी है। अहीं आ वी गीत संगीत जे हाल का हो जूगा जिहड़ी मूवमेंट मैं लगता चली जाती है एक तुहाडे खित्ते च ना तो फिर यही हो जाता भी उधरों तुहानूं पुश कर दी तुसीं उस मूवमेंट नूं पुश कर दे। हाँ जी हाँ जी तो बई ये भी अंदोलन आपां ने जित लिया तो ये लड़ाई आपां ने जित ली पर असी वह मुसीबत टालिया ने जो इन फ्यूचर साढ़े गल आनिया है ना क्योंकि जो बिल लागू होंगे उस तो बाद मुसीबत आनी सी दो साल बाद चार साल बाद जिहड़ियां मुसीबत पुरानियां साढ़े गल पईयां होईयां साढ़े सिर ते खड़ियां ने भावें करजा होवे है ना किसान खुदकुशी करदा आ है ना तो बैंक वाले होर भी जो मुश्किल किसान है ना भी नरमे दे बीजा दे सुंडी दे जां नकली बीज नकली सिपरे है ना उन्हां नूं ਤੁਹਾਡੇ ਹਿਸਾਬ ਨਾਲ ਕਿਵੇਂ ਜਿਹੜਾ ਉਹ ਅਸਰ ਘੱਟ ਕੀਤਾ ਜਾ ਸਕਦਾ ਉਹਨਾਂ ਦਾ? ਇਹੀ ਆ ਬਾਈ ਮੈਨੂੰ ਲੱਗਦਾ ਵੀ ਇਹ ਨਹੀਂ ਹੈਗਾ ਵੀ ਇੱਕ ਬੰਦਾ ਆਵਾਜ਼ ਬੁਲੰਦ ਕਰੇ ਤੇ ਸਿਸਟਮ ਬਦਲ ਜੂਗਾ ਨਾ। ਸਿਸਟਮ ਮੈਨੂੰ ਲੱਗਦਾ ਵੀ ਨਿੱਜੀ ਤੌਰ 'ਤੇ ਇੱਕ ਬੰਦੇ ਤੋਂ ਹੀ ਬਦਲਣਾ ਸ਼ੁਰੂ ਹੁੰਦਾ। ਪਹਿਲਾਂ ਇੱਕ ਬੰਦਾ ਬਦਲਦਾ ਉਹਦੇ ਤੋਂ ਉਹਦਾ ਪਰਿਵਾਰ ਬਦਲਦਾ ਪਰਿਵਾਰ ਤੋਂ ਬਾਅਦ ਮੈਨੂੰ ਲੱਗਦਾ ਵੀ ਪਿੰਡ ਬਦਲਦਾ ਪਿੰਡ ਤੋਂ ਬਾਅਦ ਜ਼ਿਲ੍ਹਾ ਬਦਲਦਾ ਜ਼ਿਲ੍ਹੇ ਤੋਂ ਬਾਅਦ ਫਿਰ ਕਿਤੇ ਨਾ ਕਿਤੇ ਇੱਕ ਸੂਬੇ ਦੇ ਬਦਲਣ ਦੀ ਗੱਲ ਹੋ ਸਕਦੀ ਹੈ ਨਾ। ਇੱਕ ਅਸੀਂ ਹੋਰ ਗੀਤ ਦੇ ਵਿੱਚ ਗੱਲ ਕੀਤੀ ਸੀ ਵੀ ਕੋਈ ਕਵੇ ਵੱਖਵਾਦੀ ਕੋਈ ਕਵੇ ਅੱਤਵਾਦੀ ਤੰਗ ਬੜਿਆਂ ਨੂੰ ਨਾਨਕ ਦਾ ਖਿਲਾਫ ਕਰਦਾ। ਗੁਰੂ ਨਾਨਕ ਪਾਤਸ਼ਾਹ ਦਾ ਮਤਲਬ ਜਿਹੜਾ ਫਲਸਫਾ ਮਨੁੱਖਤਾ ਦਾ ਫਲਸਫਾ ਸੱਚੋ ਹੈ ਨਾ ਉਹਦਾ ਇਹ ਵੀ ਨਹੀਂ ਕਹਿ ਸਕਦੇ ਆਪਾਂ ਵੀ ਮੇਰਾ ਪੂਰਾ ਸਾਡੀ ਕੌਮ ਦਾ ਜਾਂ ਪੰਜਾਬ ਦੇ ਮਤਲਬ ਜਗਰਾਫੀ ਦਾ ਫਲਸਫਾ ਉਹਦਾ ਆਹ ਤਿੰਨ ਚੀਜ਼ਾਂ ਮੈਨੂੰ ਲੱਗਦਾ ਵੀ ਯਾਰ ਕਿਤੇ ਮਰਜ਼ੀ ਤੁਸੀਂ ਇਹ ਤਿੰਨ ਚੀਜ਼ਾਂ ਦੇ ਜ਼ਹਿਨ 'ਚ ਲੈ ਕੇ ਚੱਲੋ ਮੈਨੂੰ ਲੱਗਦਾ ਤੁਸੀਂ ਮਨੁੱਖਤਾ ਦਾ ਭਲਾ ਹੀ ਕਰੋਗੇ ਜਿਹਦੇ ਵਿੱਚੋਂ ਨਾਮ ਜਪੋ ਕਿਰਤ ਕਰੋ ਵੰਡ ਛਕੋ ਹੈ ਨਾ। ਜਦੋਂ ਆਪਾਂ ਇਹ ਤਿੰਨ ਚੀਜ਼ਾਂ ਦੀ ਗੱਲ ਕਰਦੇ ਹਾਂ ਮੈਨੂੰ ਲੱਗਦਾ ਜ਼ਿੰਦਗੀ ਵੀ ਖਤਮ ਹੋ ਜਾਂਦੀ ਹੈ। ਇੱਦੂ ਉੱਤੇ ਤਾਂ ਕੁਛ ਨਹੀਂ ਨੀ ਫਿਰ ਉਹੀ ਆ ਵੀ ਇਸੇ ਫਲਸਫੇ ਨੂੰ ਢਾਲ ਆਉਂਦੀਆਂ ਗੱਲਾਂ ਕਰਦੇ ਨੇ ਕਿਉਂਕਿ ਕਿਤੇ ਨਾ ਕਿਤੇ ਬਾਹਰਲੇ ਲੋਕ ਲਾ ਲਓ ਇਸ ਫਲਸਫੇ ਦੇ ਕਲਾਵੇ 'ਚ ਆ ਰਹੇ ਨੇ। ਹੁਣ ਆਪਾਂ ਬਾਹਰਲੇ ਲੋਕਾਂ ਦੀ ਜ਼ਿੰਦਗੀ ਦੇਖ ਰਹੇ ਹਾਂ ਬਾਈ ਕਿਤੇ ਨਾ ਕਿਤੇ ਨਾ ਕੰਮ ਕਰਦੇ ਨੇ ਕਿਰਤ ਕਰਦੇ ਨੇ ਹਰੇਕ ਬੰਦਾ ਬਰਾਬਰ ਆ ਅਤੇ ਉਹ ਇੱਕ ਸਿਸਟਮ ਜਿਹੜਾ ਬਣਿਆ ਹੋਇਆ ਮੈਨੂੰ ਲੱਗਦਾ ਉਹ ਸਿਸਟਮ ਦੀ ਜੇ ਆਪਾਂ ਨੀਂਹ ਦੀ ਗੱਲ ਕਰੀਏ ਆਹ ਫਲਸਫੀ ਉਹਦੀ ਨੀਂਹ ਦੀ ਆਪਾਂ ਗੱਲ ਕਰੀਏ ਆਹੀ ਫਲਸਫਾ ਵੀ ਇੱਕ ਬੰਦੇ ਤੋਂ ਦੂਜੇ ਬੰਦੇ ਤੱਕ ਪੋਜ਼ਿਟਿਵਿਟੀ ਕਿਵੇਂ ਜਾਊਗੀ। ਸੋ ਮੈਨੂੰ ਲੱਗਦਾ ਇਹ ਚੀਜ਼ਾਂ ਨੇ ਜਿਹਦੇ ਉੱਤੇ ਸਾਨੂੰ ਕੰਮ ਕਰਨਾ ਪੈਣਾ। ਮੈਂ ਤਾਂ ਹੁਣ ਪਿੱਛੇ ਵੀ ਗਿਆ ਸੀ ਹੁਣ ਵੀ ਜਦੋਂ ਅਸੀਂ ਘਰ ਬਹੁਤ ਸਾਨੂੰ ਫੋਨ ਆਏ ਮੈਨੂੰ ਲੱਗਦਾ ਕਹਿੰਦੇ ਵੀ ਸਨਮਾਨਿਤ ਕਰਨਾ ਜਾਂ ਹੋਣਾ ਉਹਦੇ ਵਿੱਚ ਵੀ ਇਹੀ ਗੱਲ ਸੀ ਵੀ ਯਾਰ ਜੇ ਸਨਮਾਨਿਤ ਕਰਨਾ ਆਪਾਂ ਉਹਨਾਂ ਪਰਿਵਾਰਾਂ ਨੂੰ ਕਰੀਏ ਜਿਨ੍ਹਾਂ ਦੇ ਚੱਲ ਗਏ ਜੀ ਕਿਉਂਕਿ ਉਹ ਮੁੜ ਕੇ ਨਹੀਂ ਆਉਣੇ ਹੈ ਨਾ ਅਤੇ ਬਾਕੀ ਕੋਈ ਐਡੀ ਖੁਸ਼ੀ ਵੀ ਨਹੀਂ ਜਿਵੇਂ ਤੁਸੀਂ ਗੱਲ ਕਹੀ ਆ ਪਹਿਲੀ ਵੀ ਅਸੀਂ ਤਾਂ ਇੱਕ ਕਾਲੇ ਕਾਨੂੰਨ ਆਉਣੇ ਸੀ ਉਹ ਨਹੀਂ ਆ ਰਹੇ ਮਤਲਬ ਬਦਲਿਆ ਤਾਂ ਕੁਛ ਨਹੀਂ ਕੁਝ ਖੁਸ਼ੀਆਂ ਵੀ ਉੱਥੇ ਖੜੀਆਂ ਨੇ ਹੋਰ ਸਾਰਾ ਢਾਂਚਾ ਵੀ ਉੱਥੇ ਖੜਾ ਸਾਡਾ ਜੇ ਦੇਖਿਆ ਜਾਵੇ ਨਾ। ਸੋ ਮੈਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਜੇ ਆਪਾਂ ਆਉਣ ਵਾਲੇ ਟਾਈਮ ਲਈ ਵਿਉਂਤਬੰਦੀ ਕਰਦੇ ਹਾਂ ਸਪੈਸ਼ਲੀ ਨੌਜਵਾਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਮੈਨੂੰ ਲੱਗਦਾ ਵੀ ਪਿੰਡਾਂ 'ਚ ਜਿਵੇਂ ਹੁਣ ਚੱਲੇ ਸੀਗੇ ਬਾਰੀਆਂ ਬੰਨ੍ਹ ਕੇ ਜਾਂਦੇ ਸੀ ਅੰਦੋਲਨ 'ਚ ਨਾ ਵੀ ਜੇ ਆਪਾਂ ਕਹੀਏ ਪੰਜਾਬ ਨੂੰ ਬਚਾਉਣ ਦੀ ਗੱਲ ਕਰਨੀ ਹੈ ਨਾ ਤਾਂ ਹੀ ਚੱਲੂਗਾ ਵੀ ਜ਼ਿੰਦਗੀ ਵੀ ਨਾਲ ਚੱਲੂ ਸੰਘਰਸ਼ ਵੀ ਨਾਲ ਚੱਲੂਗਾ ਪਹਿਲੀ ਗੱਲ ਤਾਂ ਇਸ ਚੀਜ਼ ਲਈ ਸਾਨੂੰ ਤਿਆਰ ਹੋਣਾ ਚਾਹੀਦਾ। ਇਹ ਨਹੀਂ ਹੋਣਾ ਚਾਹੀਦਾ ਜਿਵੇਂ ਹੁਣ ਸਾਲ ਬਾਅਦ ਗੱਲਾਂ ਹੋਣ ਲੱਗ ਗਈਆਂ ਸੀ ਵਿੱਚ ਦੀ 9 ਮਹੀਨੇ ਬਾਅਦ ਵੀ ਤੁਹਾਡੇ ਅੰਦੋਲਨ ਦਾ ਕੀ ਬਣਿਆ ਬਹੁਤ ਲੋਕ ਨਿਰਾਸ਼ ਹੋ ਕੇ ਮੁੜ ਆਏ ਸੀ ਨਾ। ਸੋ ਮੈਨੂੰ ਲੱਗਦਾ ਵੀ ਸੰਘਰਸ਼ ਨੂੰ ਜ਼ਿੰਦਗੀ ਦੀ ਹਿੱਸਾ ਬਣਾਉਣਾ ਪੈਣਾ ਵੀ ਸੰਘਰਸ਼ ਵੀ ਚੱਲੀ ਜਾਵੇ ਰੋਟੀ ਪਾਣੀ ਵੀ ਚੱਲੀ ਜਾਵੇ ਵਾਰੀ ਸਿਰ ਅਸੀਂ ਲੜੀ ਵੀ ਜਾਈਏ ਇੱਦਾਂ ਦੇ ਗਰੁੱਪ ਕ੍ਰੀਏਟ ਹੋਣ ਪਿੰਡਾਂ 'ਚ ਨੌਜਵਾਨਾਂ ਦੇ ਜਿਹੜੇ ਹੁੰਡਾਂ 'ਤੇ ਮੱਲਾਂ ਦਾ ਬਹਿਣ ਦੀ ਜਗ੍ਹਾ ਇਹ ਗੱਲ ਕਰਨ ਦੀ ਜਗ੍ਹਾ ਵੀ ਫਲਾਣੇ ਦੀ ਕੁੜੀ ਦਾ ਰਿਸ਼ਤਾ ਟੁੱਟ ਗਿਆ ਜਾਂ ਉਹਨਾਂ ਦੀਆਂ ਲਿਮਟਾਂ ਟੁੱਟ ਗਈਆਂ ਆਪਾਂ ਉਸ ਪਰਿਵਾਰ ਨਾਲ ਖੜ੍ਹ ਕਿਵੇਂ ਸਕਦੇ ਹਾਂ ਇਸ ਚੀਜ਼ ਦੀਆਂ ਯੋਜਨਾਵਾਂ ਕੀਤੀਆਂ ਜਾਣ ਕਿਉਂਕਿ NRI ਭਰਾ ਨੇ ਜਿਹੜੇ ਸਾਡੇ ਉਹ ਪੱਬਾਂ 'ਤੇ ਹੋਏ ਪੈ ਰਹੇ ਇਸ ਟਾਈਮ ਉਹ ਕਹਿੰਦੇ ਨੇ ਯਾਰ ਵੀ ਤੁਸੀਂ ਪਿੰਡਾਂ 'ਚ ਨੌਜਵਾਨ ਸਾਰੇ ਰਲ ਕੇ ਕੋਈ ਗਰੁੱਪ ਬਣਾਓ ਕਿਸੇ ਤੁਹਾਨੂੰ ਪਾਰਟੀ ਦੀ ਲੋੜ ਨਹੀਂ ਕਿਸੇ ਤੁਹਾਨੂੰ ਜਥੇਬੰਦੀ ਦੀ ਲੋੜ ਨਹੀਂ ਆਪਦੇ ਆਪਦੇ ਪਿੰਡ 'ਚ ਬਣਾ ਲਓ ਕਿਉਂਕਿ ਤੁਹਾਡੇ ਪਿੰਡ ਦੀਆਂ ਸਮੱਸਿਆਵਾਂ ਵੀ ਵੱਖ ਨੇ ਤੁਹਾਡੇ ਪਿੰਡ 'ਚ ਰਹਿਣ ਵਾਲੇ ਲੋਕ ਵੀ ਵੱਖ ਨੇ ਉਹਨਾਂ ਦੀਆਂ ਆਪਦੀਆਂ ਸਮੱਸਿਆਵਾਂ ਨੇ। ਸੋ ਉਹਨਾਂ ਨਾਲ ਜੇ ਅਸੀਂ ਡੀਲ ਕਰਨਾ ਮੈਨੂੰ ਲੱਗਦਾ ਪਿੰਡ ਪੱਧਰ 'ਤੇ ਇੱਦਾਂ ਦੇ ਕੰਮ ਕੀਤੇ ਜਾਣ ਉਹ ਜ਼ਿਆਦਾ ਲਾਹੇਵੰਦ ਹੋਣਗੇ। ਅਤੇ ਬਈ ਤੁਸੀਂ ਗੱਲ ਕੀਤੀ ਸਿੱਖੀ ਫਲਸਫੇ ਦੀ ਕਿ ਕਿਤੇ ਨਾ ਕਿਤੇ ਬਹੁਤ ਹੱਦ ਤੱਕ ਇਹ ਸਿੱਖੀ ਸਪਿਰਿਟ ਸਿੱਖੀ ਫਲਸਫੇ ਨਾਲ ਅੰਦੋਲਨ ਲੜਿਆ ਗਿਆ। ਬਿਲਕੁਲ ਬਿਲਕੁਲ ਅਤੇ ਕੁਛ ਬੰਦੇ ਇੱਦਾਂ ਦੇ ਸੀਗੇ ਅਤੇ ਹੈ ਨਾ ਚਾਹੇ ਆਪਾਂ ਆਗੂ ਵੀ ਕਹਿ ਦਈਏ ਵੀ ਉਹ ਉਹਨਾਂ ਨੇ ਮਤਲਬ ਐਂਟੀ ਸਿੱਖ ਐਂਟੀ ਫਲਸਫੇ ਇਹਦੇ 'ਤੇ ਬਿਆਨ ਦਿੱਤੇ ਆ ਅਤੇ ਉਹਨਾਂ ਦਾ ਤੁਸੀਂ ਕੁੱਲ ਮਿਲਾ ਕੇ ਕਿਸਾਨ ਆਗੂਆਂ ਦਾ ਜਥੇਬੰਦੀਆਂ ਦਾ ਯੋਗਦਾਨ ਹਾਲਾਂਕਿ ਅੰਦੋਲਨ ਜਿੱਤ ਲਿਆ ਉਹਨਾਂ ਉਹ ਮੂਹਰੇ ਲੱਗੇ ਆ ਪਰ ਫਿਰ ਵੀ ਉਹਨਾਂ ਦਾ ਰਵੱਈਆ ਅੰਦੋਲਨ ਪ੍ਰਤੀ ਨੌਜਵਾਨਾਂ ਪ੍ਰਤੀ ਹੈ ਨਾ ਅਤੇ ਕਿਵੇਂ ਰਿਹਾ ਤੁਹਾਨੂੰ ਕੀ ਕੀ ਲੱਗਦਾ ਉਹਨਾਂ ਦੇ ਯੋਗਦਾਨ ਬਾਰੇ ਸਾਰੇ ਕਿਸਾਨ ਆਗੂਆਂ ਬਾਰੇ? ਹਾਂ ਪਤਾ ਕੀ ਆ ਬਾਈ ਵੀ ਇੱਕ ਤਾਂ ਜਿਵੇਂ ਹੁਣ ਜਿੰਨੀ ਜਿੰਨਾ ਮਤਲਬ ਖੁੱਲ੍ਹ ਕੇ ਹੁਣ ਬੋਲ ਰਹੇ ਨੇ ਸਾਰੇ ਜਾਣੇ ਨਾ ਮੈਨੂੰ ਲੱਗਦਾ ਵੀ ਚਾਹੀਦਾ ਨਹੀਂ ਕਿੱਥੇ ਤਾਂ ਅਸੀਂ ਇੱਕ ਨਵੇਂ ਬਦਲਾਅ ਵੱਲ ਵਧੀਏ ਮਜ਼ਬੂਤੀ ਨਾਲ ਹੈ ਨਾ
ਕਿਤੇ ਜਦੋਂ ਅਸੀਂ ਇੱਦਾਂ ਦੇ ਸਟੇਟਮੈਂਟਸ ਦਿੰਦੇ ਹਾਂ ਜਿਹੜੇ ਅਨਮੈਚਿਓਰ ਸਟੇਟਮੈਂਟਸ ਨੇ ਨਾ ਉਹ ਤਾਂ ਇਹੀ ਸਿੱਧ ਕਰਦੇ ਨੇ ਵੀ ਉੱਥੇ ਤੁਸੀਂ ਕਿਸੇ ਡਰ ਕਰਕੇ ਨਹੀਂ ਬੋਲ ਰਹੇ ਸੀ ਸ਼ਾਇਦ ਲੋਕਾਂ ਦਾ ਪ੍ਰੈਸ਼ਰ ਸੀਗਾ ਨਾ ਅਤੇ ਇੱਥੇ ਆ ਕੇ ਇੱਦਾਂ ਬੋਲਣਾ ਪਹਿਲੀ ਗੱਲ ਤਾਂ ਪਰ ਫਿਰ ਵੀ ਮੈਨੂੰ ਇਹ ਲੱਗਦਾ ਹੁੰਦਾ ਬਾਈ ਕਈ ਵਾਰੀ ਅਸੀਂ ਢਾਂਚੇ ਦੇ ਵਿੱਚ ਰਹਿ ਕੇ ਪਹਿਲੀ ਵਾਰੀ ਕੋਈ ਲੜਾਈ ਲੜੀ ਆ ਅਤੇ ਐਡੇ ਮਤਲਬ ਪੂਰਾ ਪੰਜਾਬ ਪੰਜਾਬ ਤੋਂ ਬਾਅਦ ਬਾਹਰਲੇ ਸੂਬਿਆਂ ਦੀ ਇਨਵੋਲਵਮੈਂਟ ਸੀਗੀ ਨਾ ਉਹਦੇ ਵਿੱਚ ਇੱਕ ਅੰਦੋਲਨ ਲੜਨਾ ਉਹ ਵੀ ਅੰਦੋਲਨ ਔਰਗੇਨਾਈਜ਼ਡ ਵੇ ਨਾਲ ਲੜਨਾ ਇਸ ਚੀਜ਼ ਦਾ ਸਿਹਰਾ ਮੈਂ ਕਹਿੰਦਾ ਉਹਨਾਂ ਨੂੰ ਜ਼ਰੂਰ ਜਾਂਦਾ ਵੀ ਜਿਹੜੀਆਂ ਵੀ ਜਥੇਬੰਦੀਆਂ ਨੇ ਜਿਹੜੇ ਉਹਨਾਂ ਦੇ ਆਗੂ ਸਾਹਿਬਾਨ ਨੇ ਪਰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਵੀ ਉਹ ਕੋਈ ਆਖਰੀ ਲੜਾਈ ਥੋੜ੍ਹੀ ਸੀਗੀ ਵੀ ਤੁਸੀਂ ਸੋਚ ਕੇ ਦੇਖੋ ਬਾਈ ਇੱਕ ਅੰਦੋਲਨ ਜਿੱਤ ਲਿਆ ਨਾ ਉਦੋਂ ਬਾਅਦ ਆ ਕੇ ਅੱਜ ਅਸੀਂ ਪੰਜਾਬ 'ਚ ਸਿਰਫ ਇੱਕ ਕ੍ਰੈਡਿਟ ਵਾਰ ਦੇ ਪਿੱਛੇ ਹੀ ਪੈ ਜਾਈਏ ਅਸੀਂ ਕਹਿ ਦਈਏ ਵੀ ਕਿਹਨੂੰ ਉਹਦਾ ਕ੍ਰੈਡਿਟ ਮਿਲੇ ਕਿਹਨੂੰ ਉਹਦਾ ਕ੍ਰੈਡਿਟ ਮਿਲੇ ਉਹ ਤਾਂ ਯਾਰ ਜਿਹੜਾ ਬੰਦਾ ਇੱਕ ਦਿਨ ਵੀ ਗਿਆ ਉਹਨੂੰ ਵੀ ਕ੍ਰੈਡਿਟ ਮਿਲੂਗਾ ਉਸ ਚੀਜ਼ ਦਾ ਤਾਂ ਉਹਦਾ ਵੀ ਇਤਿਹਾਸ 'ਚ ਨਾਂ ਦਰਜ ਹੋ ਗਿਆ ਜੇ ਆਪਾਂ 723 ਸ਼ਹੀਦਾਂ ਦੀ ਗੱਲ ਕਰਦੇ ਉਹਨਾਂ ਦਾ ਨਾਂ ਦਰਜ ਹੋ ਗਿਆ ਕਿਤੇ ਨਾ ਕਿਤੇ ਕੋਈ ਗੀਤ ਆਇਆ ਉਹਦਾ ਵੀ ਮਤਲਬ ਉਹ ਵੀ ਦਰਜ ਹੋ ਗਿਆ ਉਹ ਇਤਿਹਾਸ ਦਾ ਹਿੱਸਾ ਬਣ ਗਿਆ ਉਸ ਤੋਂ ਅੱਗੇ ਕੀ ਕਰੀਏ ਹੁਣ ਉਹਦੇ ਜ਼ਿੰਦਗੀ ਥੋੜ੍ਹੇ ਕੱਢਣੀ ਆ ਉਹ ਤਾਂ ਉਹੀ ਆ ਵੀ ਉਸੇ ਖੁਸ਼ੀ ਦੀ ਲੱਡੂ ਵੰਡੀ ਜਾਈਏ ਵਾਰ ਵਾਰ ਉਹ ਗੱਲ ਥੋੜ੍ਹੇ ਆ ਮੈਨੂੰ ਲੱਗਦਾ ਵੀ ਹੁਣ ਪੰਜਾਬ 'ਚ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜੇ ਜਿਹੜੀਆਂ ਉਹ ਸਟੇਟਮੈਂਟਾਂ ਦੇ ਰਹੇ ਨੇ ਉਹਨਾਂ ਨੂੰ ਇੱਕ ਵਾਰੀ ਵਿਚਾਰਨੀਆਂ ਚਾਹੀਦੀਆਂ ਨੇ ਉਹ ਚੀਜ਼ਾਂ ਪਿੱਛੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਮੈਨੂੰ ਲੱਗਦਾ ਵੀ ਹਰੇਕ ਬੰਦਾ ਯਾਰ ਕਿਸੇ ਨਾ ਕਿਸੇ ਚੀਜ਼ ਤੋਂ ਇੰਸਪੀਰੇਸ਼ਨ ਲੈਂਦਾ ਹਾਂ ਤਰੀਕਾਕਾਰ ਅੱਜ ਦੇ ਸੀ ਸਾਡੇ ਲੜਨ ਦੇ ਪਰ ਕਿਤੇ ਨਾ ਕਿਤੇ ਇੰਸਪੀਰੇਸ਼ਨ ਤਾਂ ਅਸੀਂ ਆਪਦੇ ਇਤਿਹਾਸ ਤੋਂ ਹੀ ਲੈ ਲਿਆ ਨਾ ਫਿਰ ਉਹ ਆ ਵੀ ਹਰੇਕ ਬੰਦਾ ਜੇ ਲੈ ਰਿਹਾ ਇੰਸਪੀਰੇਸ਼ਨ ਕਿਸੇ ਆਪਦੇ ਇਤਿਹਾਸਿਕ ਗੁਰੂ ਤੋਂ ਕਿਸੇ ਆਪਦੇ ਆਗੂ ਤੋਂ ਇਸ ਚੀਜ਼ 'ਚ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਅਤੇ ਬਾਈ ਮੋਸਟਲੀ ਕੀ ਹੁੰਦਾ ਕਿ ਜਦੋਂ ਵੱਡੇ ਅੰਦੋਲਨ ਕਿਉਂਕਿ ਜਿਹੜਾ ਇਹ ਅੰਦੋਲਨ ਹੈ ਇੱਦਾਂ ਦੇ ਅੰਦੋਲਨ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਨਿਕਲਦੇ ਆ ਕਿੰਨੇ ਸਾਲਾਂ ਬਾਅਦ ਉੱਠਦੇ ਆ ਅਤੇ ਇਸ ਅੰਦੋਲਨ ਦੇ ਵਿੱਚੋਂ ਤੀਜਾ ਫਰੰਟ ਨਾ ਨਿਕਲਣਾ ਮੈਨੂੰ ਪਰਸਨਲੀ ਲੱਗਦਾ ਕਿ ਇਹ ਨਿਕਲਣਾ ਚਾਹੀਦਾ ਸੀ ਬਟ ਨਿਕਲਿਆ ਨਹੀਂ ਕਿਉਂਕਿ ਹੁਣ ਉੱਥੇ ਆ ਕੇ ਅਸੀਂ ਫਿਰ ਕਹਿੰਦੇ ਉਹਨੇ ਖੋਤੀ ਬੋਰਡ ਥੱਲੇ ਆ ਗਈ ਅਤੇ ਉੱਥੇ ਅਸੀਂ ਉਹਨਾਂ ਪਾਰਟੀਆਂ ਦੇ ਮਗਰ ਤੁਰ ਪੈਣਾ ਅਤੇ ਤੁਹਾਨੂੰ ਲੱਗਦਾ ਵੀ ਇਹ ਤੀਜਾ ਫਰੰਟ ਨਿਕਲਣਾ ਚਾਹੀਦਾ ਸੀ ਕਿਉਂਕਿ ਦਿੱਲੀ ਦੇ ਵਿੱਚ ਅੰਦੋਲਨ ਹੋਇਆ ਅਤੇ ਆਮ ਆਦਮੀ ਪਾਰਟੀ ਹੋਣ ਦੇ ਚਾਹੀਦੀ ਹਾਲਾਂਕਿ ਉਹਨਾਂ ਨਾਲ ਹੋ ਸਕਦਾ ਕਿਸੇ ਦੇ ਬਖਰੇਵੇਂ ਹੋਣ ਸਾਡੇ ਵੀ ਹੋਣ ਤੁਹਾਡੇ ਵੀ ਹੋਣ ਪਰ ਇੱਕ ਫਰੰਟ ਨਿਕਲਿਆ ਅਤੇ ਉਹਨਾਂ ਨੇ ਦਿੱਲੀ ਦੇ ਕਈ ਪੱਧਰ 'ਤੇ ਸਿਹਤ ਪੱਖੋਂ ਜਾਂ ਸਿੱਖਿਆ ਪੱਖੋਂ ਵਧੀਆ ਕੰਮ ਕੀਤੇ ਆ ਅਤੇ ਤੁਹਾਨੂੰ ਵੀ ਲੱਗਦਾ ਪੰਜਾਬ ਦੇ ਵਿੱਚ ਤੀਜਾ ਫਰੰਟ ਇਸ ਅੰਦੋਲਨ 'ਚੋਂ ਨਿਕਲਣਾ ਚਾਹੀਦਾ ਸੀ ਜੋ ਨਹੀਂ ਨਿਕਲਿਆ ਤੁਹਾਡਾ ਦੁੱਖ ਹੈ ਬਿਲਕੁਲ ਬਾਈ ਆਪਣਾ ਜੇ ਕਿਸਾਨ ਪੱਖੀ ਸਿਆਸਤ ਹੁੰਦੀ ਆਉਣ ਵਾਲੇ ਟਾਈਮਾਂ 'ਚ ਤਾਂ ਬਹੁਤ ਵਧੀਆ ਗੱਲ ਸੀਗੀ ਪਰ ਹੁਣ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਜਿੰਨੇ ਜ਼ਿਆਦਾ ਫਰੰਟ ਨਿਕਲੀ ਜਾਣਗੇ ਉਹਦਾ ਨੁਕਸਾਨ ਹੀ ਆ ਉਹ ਤਾਂ ਹੁਣ ਜਿੰਨੀ ਮਿਲਾ ਜਿੰਨੇ ਧੜਿਆਂ 'ਚ ਵੋਟ ਵੰਡੀ ਜਾਊਗੀ ਉਹ ਜਿਹੜੀਆਂ ਉਹੀ ਰਵਾਇਤੀ ਪਾਰਟੀਆਂ ਨੇ ਉਹਨਾਂ ਦੀ ਇੱਕ ਫਿਕਸ ਵੋਟ ਰਹੀ ਗਈ ਹੈ ਫਿਰ ਉਹਨਾਂ ਨੂੰ ਭੁਗਤ ਜਾਣੀ ਆ ਉਹ ਚੀਜ਼ ਦਾ ਸਗੋਂ ਜ਼ਿਆਦਾ ਨੁਕਸਾਨ ਮੈਨੂੰ ਤਾਂ ਇਹ ਲੱਗਦਾ ਵੀ ਹਾਂ ਜਿਹਦਾ ਵੀ ਕੋਈ ਪੋਲੀਟੀਕਲ ਇੰਟਰਸਟ ਸੀਗਾ ਚਾਹੇ ਉਹ ਕਿਸਾਨ ਆਗੂ ਨੇ ਚਾਹੇ ਕੋਈ ਹੋਰ ਸਮਾਜ ਸੇਵੀ ਆ ਜੋ ਵੀ ਆ ਮਤਲਬ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਇੱਕ ਕਿਤੇ ਨਾ ਕਿਤੇ ਉਹਦੇ ਵਿੱਚ ਤੁਰਨਾ ਚਾਹੁੰਦਾ ਸੀ ਇੱਕ ਤਾਗੇ 'ਚ ਭਰੋ ਕੇ ਅੱਗੇ ਆਉਣਾ ਚਾਹੀਦਾ ਸੀਗਾ ਉਹੀ ਗੱਲ ਹੈ ਜਿਹੜੀ ਆਪਾਂ ਪਹਿਲਾਂ ਕਰਕੇ ਹਟੇ ਨਾ ਮੈਨੂੰ ਲੱਗਦਾ ਹੁੰਦਾ ਵੀ ਅੰਦੋਲਨ ਦੀ ਗੱਲ 100 ਸਾਲ ਬਾਅਦ ਵੀ ਹੋਣੀ ਆ ਪਰ 2022 ਦੀ ਗੱਲ 2026 'ਚ ਨਹੀਂ ਹੋਣੀ ਹੈਗੀ ਵੋਟਾਂ ਬਹੁਤ ਛੋਟਾ ਮਸਲਾ ਵੀ ਅਸੀਂ ਸ਼ਾਇਦ ਜਿਹੜੀ ਇੱਕ ਲੀਡਰ ਦੀ ਪਾਵਰ ਹੁੰਦੀ ਆ ਨਾ ਉਹਦੇ ਤੱਕ ਹੀ ਮਹਿਦੂਦ ਹੋ ਕੇ ਰਹਿ ਗਏ ਸਾਨੂੰ ਲੱਗਦਾ ਵੀ ਮੇਰੇ ਆਲੇ ਦੁਆਲੇ ਗੱਲ ਮੈਨੂੰ ਘੁੰਮਦੇ ਨੇ ਉਹੀ ਵੱਡੀ ਪਾਵਰ ਹੁੰਦੀ ਆ ਪਰ ਤੁਸੀਂ ਦੇਖ ਕੇ ਦੇਖੋ ਇੱਕ ਵੇਲਾ ਆ ਗਿਆ ਸੀ ਅੰਦੋਲਨ ਦੇ ਵਿੱਚ ਵੀ ਰਵਾਇਤੀ ਪਾਰਟੀਆਂ ਦੇ ਲੀਡਰ ਮਤਲਬ ਮੈਕ ਨੂੰ ਸੁਪਨੇ ਸਮਝਣ ਲੱਗ ਗਈ ਸੀ ਵੀ ਯਾਰ ਸਾਨੂੰ ਵੀ ਲੋਕਾਂ 'ਚ ਬੋਲਣ ਦਾ ਮੌਕਾ ਮਿਲ ਜੂਗਾ ਅਤੇ ਮੈਕ ਉਹਨਾਂ ਨੂੰ ਕਹਿੰਦੇ ਵੀ ਸੁਪਨੇ 'ਚ ਮੈਕ ਆਉਣ ਲੱਗ ਗਈ ਸੀ ਵਿੱਚ ਦੀ ਐਂ ਕਹਿਣ ਲੱਗ ਗਏ ਸੀ ਵੀ ਉਹਨਾਂ ਨੂੰ ਐਂ ਲੱਗਣ ਲੱਗ ਗਿਆ ਵੀ ਯਾਰ ਅਸੀਂ ਮੈਕ ਨੂੰ ਕਰਕੇ ਕਿੱਦਾਂ ਬੋਲਾਂਗੇ ਵੀ ਯਾਰ ਆਮ ਲੋਕ ਬੋਲੀ ਜਾਂਦੇ ਨੇ ਇਹਨਾਂ ਤਾਂ ਆਪਦੀ ਸਿਸਟਮ ਦਾ ਰਿਹਾ ਸਾਰਾ ਸੋ ਮੈਨੂੰ ਇਹ ਲੱਗਦਾ ਹੁੰਦਾ ਵੀ ਹੁਣ ਬਾਹਰਲੇ ਦੇਸ਼ਾਂ 'ਚ ਵੋਟਾਂ ਪੈਂਦੀਆਂ ਨੇ ਬਾਹਰਲੇ ਹੁਣ ਕਿਸੇ ਨੂੰ ਪਤਾ ਲੱਗਦਾ ਬਾਈ ਕਿਤੇ ਨਾ ਕਿਤੇ ਮਤਲਬ ਇੱਕ 5 ਸਾਲ ਬਾਅਦ ਢਾਂਚਾ ਤਾਂ ਬਦਲਦਾ ਜ਼ਰੂਰ ਪਰ ਕਿਤੇ ਨਾ ਕਿਤੇ ਫਿਰ ਵੀ ਮੈਨੂੰ ਲੱਗਦਾ ਐਂ ਤਾਂ ਨਹੀਂ ਲੈਂਦੇ ਇਲੈਕਸ਼ਨ ਨੂੰ ਜਿਵੇਂ ਆਪਣੇ ਵੇਲੇ ਲੈਂਦੇ ਨੇ ਆਪਣੇ ਤਾਂ ਆਮ ਲੋਕਾਂ ਦੀ ਮਾਨਸਿਕਤਾ ਵੀ ਇਹ ਹੁੰਦੀ ਆ ਵੀ ਯਾਰ ਆਹ 3 ਮਹੀਨੇ ਇਹਨਾਂ ਨੂੰ ਚੂਸ ਕਰੋ ਨਾ ਵੀ ਤੁਸੀਂ ਆਪਦੇ 3 ਮਹੀਨੇ ਇਹਨਾਂ ਨੂੰ ਚੂਸਦੇ ਹੋ ਉਦੋਂ ਬਾਅਦ ਫਿਰ ਤੰਗ ਹੁੰਦੇ ਹੋ ਬਾਕੀ ਸਾਰੇ ਮਹੀਨੇ ਬਾਕੀ 4.5 ਸਾਲ ਨਾ ਤੁਸੀਂ ਆਪਦੇ 4.5 ਸਾਲ ਛੋਟੇ ਸਮਝਦੇ ਹੋ ਯਾਰ 3 ਮਹੀਨੇ ਨਾਲ ਮਤਲਬ ਇਹ ਕਮਾਲ ਦੀ ਗੱਲ ਆ ਸਾਡੀ ਮਾਨਸਿਕਤਾ ਕੀ ਬਣੀ ਹੋਈ ਹੈ ਨਾ ਅਤੇ ਅੱਜ ਵੀ ਇਹੀ ਗੱਲ ਮੈਨੂੰ ਲੱਗਦੀ ਹੁੰਦੀ ਹੈ ਬਾਈ ਵੀ ਕਿਤੇ ਨਾ ਕਿਤੇ ਪਤਾ ਕੀ ਆ ਜੇ ਉੱਧਰ ਵੀ ਜਿਹੜੇ ਕਾਨੂੰਨ ਪਾਸ ਕੀਤੇ ਸੀ ਉਹ ਵੋਟ ਵਾਲਿਆਂ ਨੇ ਕੀਤੇ ਸੀਗੇ ਵਾਪਸ ਕੀ ਨਹੀਂ ਕਰਾਏ ਨੇ ਸੰਘਰਸ਼ੀ ਲੋਕਾਂ ਨੇ ਸੰਘਰਸ਼ ਹਮੇਸ਼ਾ ਹੀ ਵੱਡੀ ਚੀਜ਼ ਆ ਮੈਨੂੰ ਲੱਗਦਾ ਵੀ ਜੇ ਤੁਸੀਂ ਸੰਘਰਸ਼ਾਂ ਦੇ ਰਾਹ 'ਤੇ ਤੁਰੋਗੇ ਇਕੱਠੇ ਹੋ ਕੇ ਰਹੋਗੇ ਕੋਈ ਲੀਡਰ ਨਹੀਂ ਇਹੋ ਜਿਹਾ ਜੰਮਿਆ ਕੋਈ ਹੋਰ ਮਤਲਬ ਬੰਦਾ ਨਹੀਂ ਇਹੋ ਜਿਹਾ ਜੰਮਿਆ ਜਿਹੜਾ ਤੁਹਾਨੂੰ ਮੂਹਰੇ ਲਾ ਦੇ ਕਿਤੇ ਨਾ ਕਿਤੇ ਅਤੇ ਦੂਜੀ ਗੱਲ ਆਹ ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ ਹੁਣ ਵੀ ਮੈਰਿਜ 2022 ਹੋਣ ਲੱਗ ਗਈ ਤੁਸੀਂ ਆ ਜਾਓ ਪਾਰਟੀ 'ਚ ਤੁਸੀਂ ਆ ਜਾਓ ਤੁਸੀਂ ਆ ਜਾਓ ਤੁਸੀਂ ਆ ਜਾਓ ਇਸ ਚੀਜ਼ ਦੀ ਖਿੱਚੋ ਖਿੱਚ ਚੱਲ ਰਹੀ ਹੈ ਨਾ ਇਹ ਚੀਜ਼ ਕਿਉਂ ਨਹੀਂ ਸੋਚੀ ਜਾਂਦੀ ਯਾਰ ਵੀ ਅਸੀਂ
ਫਿਲਮਾਂ ਚੰਗੀਆਂ ਬਣਾ ਲਈਆਂ ਸੀ, ਗੀਤ ਚੰਗੇ ਬਣਾ ਲਈਏ, ਉਹਦੇ ਨਾਲ ਵੀ ਤਾਂ ਬਦਲਿਆ ਜਾ ਸਕਦਾ। ਨਿਆਣੇ ਅੱਜ ਸਾਡੇ, ਤੁਸੀਂ ਮੰਨ ਲਓ, ਮੈਨੂੰ ਲੱਗਦਾ ਵੀ ਸਾਰੇ ਐਮਐਲਏ ਨੂੰ ਜਾਣਦੇ ਹੋਣਗੇ 117 ਦੇ 117 ਨੂੰ, ਪਰ ਗਾਉਣ ਵਾਲਾ ਤਾਂ ਉਹਨੂੰ ਵੀ ਜਾਣਦੇ ਨੇ ਬਾਈ ਜਿਹਦਾ ਕੋਈ ਮਾੜਾ ਮੋਟਾ ਗਾਣਾ ਚੱਲਿਆ। ਫਿਰ ਇਹ ਆ ਵੀ ਜੇ ਗਾਉਣ ਵਾਲੇ ਬਦਲ ਉੱਤੇ ਆ ਜਾਣ ਤਾਂ ਛੇਤੀ ਬਦਲਿਆ ਜਾ ਸਕਦਾ ਢਾਂਚਾ ਸਾਰਾ ਲੀਡਰਾਂ ਨੂੰ। ਅਤੇ ਬਾਈ ਪੰਜਾਬ ਦਾ ਜਿਹੜਾ ਭਵਿੱਖ ਹੈ ਹੈ ਨਾ, ਵੀ ਉਹਨੂੰ ਤੁਸੀਂ ਕਿਵੇਂ ਹੁਣ ਦੇਖਦੇ ਹੋ? ਕਿਉਂਕਿ ਹੁਣ ਵੋਟਾਂ ਦੇ ਕਰਕੇ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਕੋਈ ਲਾਲਚ ਦੇ ਰਹੀਆਂ, ਜੇ ਤੁਸੀਂ ਸਿੱਧੇ ਤੌਰ 'ਤੇ ਸੈਂਟਰ ਸਰਕਾਰ ਵੀ ਸੁਣਨ 'ਚ ਆ ਰਿਹਾ ਵੀ ਕਾਫੀ ਵੱਡੇ ਪੈਕੇਜ ਅਗਲੇ ਕੁਛ ਦਿਨਾਂ ਦੇ ਵਿੱਚ ਪੰਜਾਬ ਨੂੰ ਦੇਣ ਜਾ ਰਹੀ ਆ, ਅਤੇ ਹੁਣ ਜਿਹੜੀ ਸੈਂਟਰ ਸਰਕਾਰ ਨਾਲ ਅਸੀਂ ਇੱਕ ਸਾਲ ਲੜ ਕੇ ਆ ਰਹੇ ਹਾਂ, ਅਤੇ ਜੇ ਉਸੇ ਸੈਂਟਰ ਸਰਕਾਰ ਦੇ ਵਿਰੁੱਧ ਜਾਂ ਉਹਦੇ ਹੱਕ ਦੇ ਵਿੱਚ ਸਾਡੇ ਲੋਕ ਗਿਰਦੇ ਆ ਤਾਂ ਕਿਤੇ ਨਾ ਕਿਤੇ ਇਹ ਆਪਣੇ ਲੋਕਾਂ ਦੀ ਮੈਂਟੈਲਿਟੀ 'ਤੇ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੋਏ। ਬਿਲਕੁਲ ਬਾਈ, ਇਹ ਮੈਨੂੰ ਲੱਗਦਾ ਵੀ ਅਸੀਂ ਮਾੜੀ ਕਿਤੇ ਨਾ ਕਿਤੇ ਸੋਚ ਦੇ ਧਾਰਨੀ ਬਣਾਂਗੇ ਇਸ ਚੀਜ਼ ਨੂੰ ਲੈ ਕੇ ਜੇ ਅਸੀਂ ਅੱਜ ਉਸੇ ਸਰਕਾਰ ਮੂਹਰੇ ਆਪਦੇ ਗੋਡੇ ਟੇਕਦੇ ਹਾਂ, ਕਿਉਂਕਿ ਕਾਰਨ ਪਤਾ ਕੀ ਆ ਰੌਲਾ ਇਹ 'ਚ? ਇਹੀ ਤਾਂ ਇੰਨੀ ਤਾਂ ਗੱਲ ਆ ਯਾਰ ਵੀ ਮੈਨੂੰ ਲੱਗਦਾ ਜੁਝਾਰੂ ਯੋਧਿਆਂ ਵਾਂਗੂ ਇਹ ਥੋੜ੍ਹੇ ਹੁੰਦਾ ਇਕੱਲਾ ਵੀ ਮੈਦਾਨ 'ਚ ਹੀ ਲੜਾਈ ਲੜੀ ਜਾਂਦੀ, ਨੀਤੀ ਦੀ ਲੜਾਈ ਵੀ ਤਾਂ ਕੋਈ ਚੀਜ਼ ਹੁੰਦੀ ਆ। ਤੁਹਾਨੂੰ ਜੇ ਆਪਾਂ ਮਤਲਬ ਇੱਕ ਚੂਹੇ ਨੂੰ ਫੜਨ ਵਾਸਤੇ ਬੁਰਕੀ ਪਾਉਂਦੇ ਹਾਂ, ਸਾਨੂੰ ਵੀ ਤਾਂ ਬੁਰਕੀਆਂ ਪੈਣਗੀਆਂ ਆਉਣ ਵਾਲੇ ਟਾਈਮਾਂ 'ਚ। ਸਾਨੂੰ ਸਮਝਣਾ ਚਾਹੀਦਾ ਵੀ ਕਿਤੇ ਸਾਨੂੰ ਖੜਕੀ 'ਚ ਬੰਦ ਕਰਨ ਵਾਸਤੇ ਤਾਂ ਨਹੀਂ ਜਿਹੜੀ ਬੁਰਕੀ ਪਾਈ ਜਾ ਰਹੀ। ਸੋ ਆ ਬਾਈ ਵੀ ਸਾਡੇ ਫਲਸਫੇ ਨੂੰ ਖਤਰਾ ਹੀ ਖਤਰਾ। ਅਤੇ ਬਾਈ ਆਖਰੀ ਸਵਾਲ ਮੇਰਾ ਕਿ ਜਿਹੜਾ ਤੁਹਾਡਾ ਕੈਰੀਅਰ ਆ ਉਹਦੀਆਂ ਤੁਹਾਡੇ ਭਵਿੱਖ ਦੇ ਵਿੱਚ ਹੁਣ ਕੀ ਗੀਤ ਫਿਲਮਾਂ ਕੀ ਕੁਛ ਲੈ ਕੇ ਆ ਰਹੇ? ਬਾਈ ਕੋਸ਼ਿਸ਼ ਆ ਹੁਣ ਜੇ ਮਹਾਰਾਜ ਨੇ ਇਸ ਪਾਸੇ ਨੂੰ ਲਾਇਆ ਹੈ ਨਾ ਤਾਂ ਗੀਤਾਂ ਦੇ ਜ਼ਰੀਏ ਵੀ ਚਾਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ ਪੰਜਾਬ ਨੂੰ ਨਾ, ਉਹਦੇ ਵਿੱਚ ਵੀ ਆਪਦੇ ਗੀਤ ਸੰਗੀਤ ਜ਼ਰੀਏ ਨਾਲ ਖੜੀਏ, ਉਹ ਤੋਂ ਬਿਨਾਂ ਵੀ ਕਿਤੇ ਨਾ ਕਿਤੇ ਸਾਰਥਕ ਗੀਤ ਦਿੰਦੇ ਰਹੀਏ ਪਹਿਲੀ ਗੱਲ ਤਾਂ। ਫਿਰ ਇਹ ਆ ਵੀ ਫਿਲਮਾਂ ਵੀ ਇੱਕ ਕਿਤੇ ਨਾ ਕਿਤੇ ਵੱਡਾ ਸੋਰਸ ਹੁੰਦੀਆਂ ਨੇ ਲੋਕਾਂ ਦੀ, ਹੈ ਨਾ, ਐਂਟਰਟੇਨਮੈਂਟ ਦਾ ਵੀ, ਐਜੂਕੇਸ਼ਨ ਦਾ ਵੀ। ਸੋ ਇੱਕ ਹੁਣ ਅਸੀਂ ਫਿਲਮਾਂ ਵੀ ਕੁਛ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਮੈਂ ਵੀ ਕਵਰ ਵਾਲੀ ਵੀ, ਹੈ ਨਾ, ਮੀਨਿੰਗਫੁੱਲ ਸਿਨੇਮਾ ਥੋੜ੍ਹਾ ਜਿਹਾ ਨਾ ਵੀ ਜਿਹਦੇ ਵਿੱਚ ਇਹ ਹੋਵੇ ਘੱਟ ਕਰ ਲਈਏ, ਪਰ ਕਿਤੇ ਨਾ ਕਿਤੇ ਇੱਦਾਂ ਦੀਆਂ ਫਿਲਮਾਂ ਬਣਾਈਆਂ ਜਾਣ ਜਿਹੜੀਆਂ ਸਾਡੇ ਬੱਚਿਆਂ ਨੂੰ ਜਾਣੂ ਕਰਾਉਣ, ਅਸੀਂ ਹਾਂ ਕਹਾਉਣ, ਅਤੇ ਆਪਦੀ ਉਸੇ ਅਮੀਰ ਵਿਰਾਸਤ ਵੱਲ ਨੂੰ ਤੋਰੀਏ ਆਪਦੀ ਆਉਣ ਵਾਲੀਆਂ ਨਸਲਾਂ ਨੂੰ। ਅਤੇ ਜਿਵੇਂ ਕਿਹਾ ਜਾਂਦਾ ਵੀ ਸਾਡਾ ਆਧਾਰ ਨਾਨਕ ਤੋਂ ਨਾਨਕ ਤੱਕ ਸਫ਼ਰ ਕਰਕੇ ਹੀ ਹੋਊਗਾ। ਤੁਸੀਂ ਸਾਹਿਬ ਨਾਲ ਵੈਸੇ ਵੀ ਆਪਾਂ ਗੱਲ ਕਰਦੇ ਹਾਂ ਨਾ ਹੈਲਦੀ ਰਹਿਣ ਦੀ, ਅਤੇ ਮਤਲਬ ਬੜੇ ਹੁਣ ਘਰਾਂ 'ਚ ਗੱਲ ਸੁਣਦੇ ਹਾਂ ਵੀ ਯਾਰ ਗੋਦਰੀ ਦੀ ਰੋਟੀ ਖਾ ਲਿਆ ਕਰੋ ਹੈਲਦੀ ਰਹੋ, ਅਤੇ ਫਿਰ ਗੋਦਰੀ ਦੀ ਰੋਟੀ ਉੱਧਰ ਹੀ ਲੈ ਕੇ ਜਾਂਦੀ ਹੈ ਸਾਨੂੰ। ਫਿਰ ਉਹੀ ਆ ਵੀ ਮਤਲਬ ਆਪਦੀਆਂ ਜਿਹੜੀਆਂ ਕਿਤੇ ਨਾ ਕਿਤੇ ਕਹਿੰਦੇ ਨਹੀਂ ਹੁੰਦੇ ਇੱਕ ਕੋਈ ਫਿਲੋਸਫਰ ਆ ਬਹੁਤ ਵੱਡਾ ਬਾਈ, ਉਹ ਕਹਿੰਦਾ ਕਹਿੰਦਾ ਵੀ ਹਿਊਮਨ ਹੀ ਉਹ ਕ੍ਰੀਏਚਰ ਆ, ਕਹਿੰਦਾ ਜਿਹੜਾ ਡਿਨਾਈ ਕਰਦਾ ਜੋ ਹੈਗਾ ਉਹ ਮੰਨਦਾ ਨਹੀਂ, ਨਹੀਂ ਕਹਿੰਦਾ ਕੋਈ ਜਾਨਵਰ ਆ ਤਾਂ ਕੁੱਤਾ ਤਾਂ ਕੁੱਤੇ ਵਾਂਗੂ ਬਿਹੇਵ ਕਰੂਗਾ, ਕਹਿੰਦਾ ਜਾਂ ਕੋਈ ਹੋਰ ਜਾਨਵਰ ਆ ਉਹਦੇ ਵਾਂਗੂ ਆਪਦੇ ਵਾਂਗੂ ਬਿਹੇਵ ਕਰੂਗਾ, ਹਿਊਮਨ ਹੀ ਇਹੋ ਜਿਹਾ ਨਹੀਂ ਬੰਦਾ, ਕਹਿੰਦਾ ਵੀ ਜਿਹੜਾ ਮੰਨਦਾ ਨਹੀਂ ਹੈ ਕੀ, ਹੈ ਨਾ। ਸੋ ਮੈਨੂੰ ਲੱਗਦਾ ਇਹੀ ਆ ਵੀ ਸਿੰਪਲ ਜਿਹੀ ਧਾਰਨਾ ਯਾਰ ਲਾਈਫ ਦੀ, ਸਿੱਧੀ ਜਿਹੀ ਗੱਲ ਆ ਜਿਵੇਂ ਜਿਉਣਾ ਨਾ, ਵੀ ਬਸ ਆਹੀ ਪੋਜ਼ਿਟਿਵਿਟੀ ਫੈਲਾਈਏ, ਅਤੇ ਦੂਜੀ ਗੱਲ ਇਹ ਆ ਵੀ ਅਸੀਂ ਹਾਂ ਕਹਾਉਣੇ, ਪਛਾਣੀਏ ਇਸ ਗੱਲ ਨੂੰ, ਪਛਾਣੀਏ ਅਤੇ ਉਹਨਾਂ ਰਾਹਾਂ 'ਤੇ ਤੁਰੀਏ, ਨਾਨਕ ਤੋਂ ਨਾਨਕ ਤੱਕ ਦਾ ਸਫ਼ਰ ਤੈਅ ਕਰੀਏ। ਅਤੇ ਬਾਈ ਇੱਕ ਗੀਤ ਦੋਵਾਂ ਗੀਤਾਂ ਨੇ ਜਾਂ ਪੁੱਤ ਤੇਗ ਬਹਾਦਰ ਦੇ ਜਾਂ ਪੇਚਾ ਪੈਗ ਸੈਂਟਰ ਨੂੰ ਇਹ ਦੋਵੇਂ। ਹਾਂਜੀ ਹਾਂਜੀ ਮੈਂ ਸੁਣਾ ਦਿੰਦਾ ਬਾਈ। ਮਹਿਲਾਂ ਨੂੰ ਦਿੱਤੀ ਟੱਕਰ ਬਾਬਾ ਤੂੰ ਗੜੀਆਂ ਚੋਂ, ਯੋਧੇ ਬਣ ਨਿੱਤਰਾਂ ਗਏ ਹੁਣ ਮੁਸ਼ਕਿਲ ਦੀਆਂ ਘੜੀਆਂ ਚੋਂ, ਅੱਖਾਂ ਵਿੱਚ ਸੁਰਮੇ ਦੀ ਤਾਂ ਰਣਕਾਂ ਦੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ। ਬਹੁਤ ਬਹੁਤ ਧੰਨਵਾਦ। ਹਾਂਜੀ ਭਗਤ ਜੀ ਕਾ ਖਾਲਸਾ ਵਾਹਿਗੁਰੂ।